ਉਹ ਗਰਮ ਅਸੂਲ ਨਾਲ ਸਕੂਲ ਪੜ੍ਹਨੇ ਵਾਂ ਕਿਰਾਇਆ ਖਲੜੀ ਗਈ। ਉਹ ਸ਼ਾਦੀ ਸ਼ੁਦਾ ਸੀ ਸਾਡੇ ਦਾ ਪੋਤਰੇ ਨੇ ਘਰ, ਉਸਨੇ ਜੋ ਇੱਕ ਬੱਚੀ ਵੀ ਸੀ, ਇਸ ਬੱਚੀ ਦਾ ਨਾਂ ਮੁਸਲਮਾਨ ਹੋਣਾ ਨਹੀਂ ਅਸੀਅਤ ਹੀ ਰਜ਼ੀਆ ਰੱਖਿਆ ਗਿਆ, ਔਰ ਇਸ ਲਈ ਉਹ ਇੰਗਲੈਂਡ ਹੀ 'ਚ ਹੈ। ਅੱਛਾ, ਅਤੇ ਬਾਕੀ ਬੱਚੀਆਂ ਬੱਚੇ ਗਰਮ ਰਸੂਲ ਹੀ 'ਚੋਂ, ਤਰੈ ਬੱਚੇ ਬੱਚੀਆਂ ਦੋ ਤਰੈ। ਸੁਣਿਆ ਇੱਥੇ ਗੁਲਾਮ ਰਸੂਲ ਨਾਲ ਬੜਾ ਮਸ਼ਹੂਰ ਹੋਟਲ ਵੀ ਸੀ। ਉਹ ਬਿਲਕੁਲ ਹੋਟਲ ਹੀ, ਇਸ ਲਈ ਵੀ ਉਹਨਾਂ ਦਾ ਪੁੱਤਰ ਕਰਨ ਪਿਆ ਬਦਨਾਸ, ਉਹ ਜਗ੍ਹਾ ਮਾੜਿਆ ਨਾਲ ਕਿਹਾ ਸੜੇ ਨਹੀਂ ਚਾਚੇ ਹੋਣੀ ਅਸਨ ਮਲਾਸੋ ਮਲਾਈ ਉੜ ਮਲਾਈ ਉੜ ਸਾਨੂੰ ਅਬਦ ਕੀ। ਠੀਕ ਹੈ, ਤੇ ਆਪੂ ਗੁਲਾਮ ਰਸੂਲ ਨਹੀਂ ਰਹੇ, ਉਹ ਤੋਂ ਇਹ ਬੀਬੀ ਮਰ ਗਏ ਤਾਂ ਆਬਦ ਪੂਰਨ ਪੁੱਤਰ ਆ ਨਾ ਹੋਟਲ ਕਰਨਾ। ਇਹ 47 ਤੋਂ ਪਹਿਲੇ ਵੀ ਹੋਟਲ ਸਾ ਉਹਨਾਂ ਦਾ ਚਾਹ ਦਾ। ਇਹ 47 ਵਿੱਚ ਜਿਹੜਾ ਜਿਸਲੇ ਉਹ ਉਚੜੀ ਕੇ ਨਾ ਤੇ ਜਗ੍ਹਾ ਉਹਨਾਂ ਨਹੀਂ ਸੀ ਨਾ ਸਾਡੇ ਚਾਚੇ ਨਹੀਂ, ਤੇ ਫਿਰ ਗੁਲਾਮ ਰਸੂਲ ਕਬਜ਼ਾ ਕਰੀ ਕਹਿੰਦਾ ਸੀ ਨਾ, ਕਿਉਂਕਿ ਪੂਰੀ ਵੇਲ ਸੀ ਫੇਰੀ ਵੀ। ਉਹ ਫਿਰ ਇਸ ਥੋੜ੍ਹੀ ਜਿਹੀ ਮਾਰ ਖਾਧੀ ਕਿ ਦੋਹਾਂ ਬੰਦਿਆਂ ਕੀ ਦੋ ਦੁਕਾਨਾਂ ਕਿਰਾਏ ਭਰ ਦਿੱਤੀਆਂ। ਉਹਨਾਂ ਉਹਨਾਂ ਜਣੇ ਨੇ ਪੁੱਤਰਾਂ ਪੀਟੀਓ ਬਣਵਾਈ ਕਬਜ਼ੇ ਕਰੀ ਕਹਿੰਦੇ। ਸਹੀ 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 ਸਹੀ। ਹੁਣ ਅੱਗੇ ਹੋਟਲ ਪਿੱਛੇ ਦੋ ਤਰੇ ਕਮਰੇ, ਇਹ ਉਹਨਾਂ ਨੇ ਕਬਜ਼ੇ 'ਚ, ਸਾਈਡ ਪਰ ਨਾਲ ਦੋ ਦੁਕਾਨਾਂ ਲੋਕਾਂ ਨੇ ਕਬਜ਼ੇ 'ਚ। ਠੀਕ ਹੈ, ਅੱਛਾ ਅਗਲੀ ਗੱਲ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਬਾ ਜਿਹੜੇ ਸੁੰਦਰ ਆਏ ਸੀ, ਜਿਨ੍ਹਾਂ ਦੀਆਂ ਬੱਸਾਂ ਜਿਹੜੀਆਂ ਨੇ 250 ਬੱਸਾਂ ਚੱਲੀਆਂ ਨੇ, ਉਹਨਾਂ ਦਾ ਪੂਰਾ ਨਾਮ ਦੱਸੋ। ਸੁੰਦਰ ਸਿੰਘ ਜੀ, ਸੁੰਦਰ ਸਿੰਘ ਬੇਦੀ ਬੇਦੀ, ਔਰ ਦਿਆਲ ਸਿੰਘ, ਪ੍ਰਤਾਪ ਸਿੰਘ ਬੇਦੀ, ਬਾਬੇ ਮੋਤੀ ਸਿੰਘ ਨੇ ਬੇਟੇ। ਅੱਛਾ, ਇਹ ਤੁਹਾਡੇ ਦਾਦ ਪੋਤਰੇ ਸੀ ਜੀ? ਹਾਂ। ਵਾਹ ਜੀ ਵਾਹ, ਠੀਕ ਹੈ। ਅਤੇ ਉਹਨਾਂ ਵਿੱਚੋਂ ਕੋਈ ਆਇਆ ਸਾ ਦੁਬਾਰਾ? ਬਾਬਾ ਗੁਰਬਖਸ਼ ਸਿੰਘ ਵੀ ਕਹਿੰਦੇ ਨੇ ਕਿ ਲੋੜਨੇ ਵਾਸਤੇ ਆਏ ਆਪਣੀ ਬੇਟੀ ਕੀ, ਪਤਾ ਲਗਾ ਸਾ ਆਏ ਉਸਨ ਪਰ ਨਹੀਂ ਮਿਲੇ, ਕਿਉਂਕਿ ਕਲਰ ਜਿਹੜਾ ਨਾ ਇਹ ਬਹੁਤ ਤੇਜ਼ ਤਰਾਜ਼ ਸੀ ਸ਼ੇਖ ਰਿਆਜ਼ ਦਾ ਮੁਸ਼ਰਾਕ, ਉਹਨਾਂ ਉਹਨਾਂ ਕੋਲ 40-40 ਲੱਖ ਥੰਮੀ ਕਹਿੰਦਾ ਆਇਆ ਸਾਂ, ਤੂੰ ਸਾਨੂੰ ਮਾਲ ਜਿਹੜਾ ਤਾ ਠੀਕ ਕਰਾ ਸਾਂ। ਉਹ ਕਰਾਇਆ ਵੀ ਕੋਈ ਨਹੀਂ, ਗਏ ਖਾਈ ਪੀ ਗਏ, ਅਸਾਂ ਇਹਨੀ ਨੇ ਮਿਲਣ ਦਿੱਤੇ, ਸਿਰਫ ਇਤਨਾ ਪਤਾ ਚੱਲਿਆ ਸਾ ਕਿ ਵੱਢ ਕੇ ਆਏ ਸੀ, ਵੱਢ ਕੇ ਨਾ ਪੁੱਤਰ ਬਾਅਦ ਵਿੱਚ ਆਇਆ ਜਹਾਜ਼ ਕਿੰਨੀ ਦਾ ਉਹਨਾਂ ਸਾੜਿਆ ਵੱਢ ਕੇ ਉਹਨਾਂ ਗੁਰਦੁਆਰਾ ਸੀ ਜਿਸ ਨੇ ਨਿਸ਼ਾਨ ਆ ਜਾ ਜੀ ਮੌਜੂਦ ਹੈ। ਤੁਸੀਂ ਕਿਸ ਤਰ੍ਹਾਂ ਪਤਾ ਲਗਾ ਕਿ ਗੁਰਦੁਆਰਾ ਹੈ ਔਰ ਇਹ, ਕਿਸ ਤਰ੍ਹਾਂ ਤੁਸੀਂ ਪਹਿਚਾਣ ਕੀਤੀ? ਪਹਿਚਾਣ ਕੀਤੀ ਕਿ ਮੇਰੀ ਸੁਰਤੀ 'ਚ ਪੱਟਣ ਵਾ। ਇਹ ਕਿਸ ਚੀਜ਼ ਨਾਲ ਬਣਿਆ ਵਾ? ਇਹ ਚੂਣੇ ਔਰ ਸੁਰਖੀ ਨਹੀਂ ਚਨਾਈ ਹੋਈ, ਕੱਚ ਚੂਨਾ ਗੇਰੀ ਜੀ ਹਾਂ। ਅਗਲਾ ਵੀ ਫਰਸ਼ ਵੀ ਤੁਸੀਂ ਦੱਸਣੇ ਪੈ ਸੋ, ਇਹ ਸਾਰਾ ਏਰੀਆ ਉਸ ਨਾਲ ਸਾਰਾ ਇਹ ਨਾਲ ਜਿੱਥੇ ਉਹਨਾਂ ਦਾ ਚੇਲਾ ਪੈਣਾ ਸਾ ਉਹ ਜ਼ਮੀਨ ਦੋਸ ਕਮਰਾ ਆ। ਦੇਖੋ ਨਾ ਇਹ ਫਰਜ਼ ਕਿਤਨਾ ਅਰਸਾ ਗੁਜ਼ਰ ਗਿਆ, 73-74 ਸਾਲ ਗੁਜ਼ਰ ਗਿਆ ਜਾਂ ਜੀ ਮੌਜੂਦ ਹੈ। ਇਹ ਜ਼ਮੀਨ ਦੋਸਤ ਕਮਰਾ ਵੀ ਉਹਨਾਂ ਦਾ ਮੌਜੂਦ ਹੈ। ਨਿਸ਼ਾਨ ਹੈ ਉਹ ਇੱਥੇ ਸੀ ਸਕੂਟੀ 'ਚ, ਕਿਹੜੀ ਜਗ੍ਹਾ? ਇਹ ਜਗ੍ਹਾ ਜਿਹੜੀ ਮੌਜੂਦ ਹੈ ਇੱਥੋਂ ਹੀ ਪੱਟੀ ਦਰੋੜ ਆ ਲੈਣਾ। ਅੱਛਾ, ਇੱਥੇ ਅਸੀਂ ਸੰਭਾ ਦੇ ਬੂਟੇ ਕੋਲ ਉਹਨਾਂ ਨਾਲ ਗੁਰਦੁਆਰੇ ਨਾਲ ਇੱਕ ਬੱਲਾ ਸੀ ਠੋਕਿਆ ਲੋਹੇ ਨਾਲ, ਬਿਲਕੁਲ ਉਹੀ ਨਿਸ਼ਾਨ ਅਸੀਂ ਕੀ ਆਖਦੇ ਨਾ ਉਸ ਬੱਲੇ ਨਾਲ, ਉਹ ਮਾੜੇ ਖਲੇ ਝੰਡਾ ਬਣੇ ਹੋਏ ਉਸ ਬੱਲੇ ਨੇ ਥੱਲਿਓਂ ਸਾਡੇ ਮੁਸਲਮਾਨਾਂ ਦੀ ਦੌਲਤ ਵੀ ਲੱਭੀ। ਅੱਛਾ, ਔਰ ਅਸ਼ਰਫੀਆਂ ਤੇ ਇੱਟਾਂ ਉਹ ਬੱਲਾ ਪਟਿਆ, ਉਸਨੇ ਥੱਲਿਓਂ ਜਿਹੜਾ ਅਸ਼ਰਫੀਆਂ ਇੱਟਾਂ ਲੱਭੀਆਂ, ਉਹ ਬੰਦੇ ਮਰੀ ਕਾਪੀ ਗਏ, ਉਹ ਬੱਲਾ ਫਿਰ ਇਹ ਜਿਹੜੀ ਇਹ ਸਾਹਮਣੇ ਟੋਕ ਹੈ ਨਾ ਇਹਨਾਂ ਨੇ ਘਰ ਕਾਫੀ ਅਰਸਾ ਪਿਆ ਰਿਹਾ। ਅੱਛਾ, ਕਿਉਂਕਿ ਲੋਹੇ ਨਾਲ ਸਾਡਾ ਧਰਮ ਉੱਠਾ ਹੈ ਜਿਸ ਤਰ੍ਹਾਂ ਚੰਗਾ ਅੱਜ ਕੱਲ੍ਹ ਆਪਣੇ ਪੈਪ ਮਹਿਕਮਾ ਟੈਲੀਫੋਨ ਵਾਲਿਆਂ ਨਾਲ ਆਉਣਾ ਬੜਾ ਲੰਬਾ ਖੰਭਾ। ਹਾਂ ਇਧਰੋਂ ਆਓ ਜੀ, ਤੁਸੀਂ ਉਧਰ ਜਾਓ ਤਾਂ ਕਿਆ ਇਧਰ ਕਰੂ ਵੀ ਪਏ।
हूँ जोड़ा खूह है इस खूह तो मैं अपनी सुरती देखा जोड़ा लगा ऐसी बनी सी जोड़ा च चलाओ पानी सौ दिन सरी अगे जाना जमीना में पत्थर बड़े सोने पत्थर कड़वे पत्थर लगे वे भाई तको उसले अगले खर्चे करने रे पता नहीं कितू कितू चीजा मंगाई तो लाने रे ये जड़ी जमीन है इसने मैं खुद माल्टे तो किन्नू ने बूटे तक के बाग सी हाँ ते ये जड़ा पत्थर है ये दूरों दूरों आने रे खबर है कितू कितू बेचारे आने रे ये बाग आस्ते ये बाग है बस है तको ना अंबा ने बूटे मौजूद है बाकी सब चीज उजड़ गई इथे तो नहीं ना लोग मरे नहीं नहीं अच्छा ये खूह वाला पानी जड़ा सी ये बाने गाने वास्ते सी ये दसो अगे गल जड़ी है ये अंबे बारे कुछ दसने सो ये वाला अंब जड़ा इसने बारे कुछ दसने सो तुसी आओ दसो ए तो के है हां जी बिल्कुल इथे तक ए ना नहीं अदूद सी दसो अंब ना ए अंब ती सांब ना जिस अंब ने थले खड़े हां ए जिले रावलपिंडी विच मशहूर है साढ़े खानदान ना बूटा जिसकी आने पौड़ियां वाला अंब अच्छा क्योंकि बगैर पौड़ी तू इसने पर कोई जवान चढ़े आई नहीं और इस बूटे नाल जिस वक्त आपने जो बड़ी जे फल्ला सा 40 मण 30 मण अंब होने से और एक एक दाना पाए पाए ना वाह इसने मिठा अंब सी जिले पिंडी का मशहूर अंब है इस मिठा दो बूटे दोसहरी और लंगड़ा इतने न मोटे अच्छा ओ जड़ी बावली है उसने कोल दो बूटे चिड़ा ने सा बावली ये जड़ी बावली है ये जनाब उन्होंने दौड़नी है इस बावली जाए दिन जिया पानी नहीं सुखा कोई उसना कर्म है पानी सुखा नहीं और पानी हर जिया जानती इसने पीनी ये बकरवाल जड़े आने ने ये हर साल आने ये हर सालों साल आने जनाब ये किस पासो आने ने जी कश्मीर सो ये कश्मीरी चूहा हमने ये बाजी साहब ने खानदान नहीं सही जा दिया थे कुना ने बचाया ये अजर उन्होंने ये अगे उन्होंने मुलाजम है अच्छा ये ओ पार सामने रख है जड़ी इन्ना राजे आनी ए सारी जिंदगी जिस ले भी आने उस राख ही बैने अच्छा हाँ इन्हन पक्का डेरा बढ़िया रहना बटे लगे छपर बढ़िया वा कोई छेड़ना नहीं बाबा जी बावली मैंने दसो थोड़ा इन्हें आओ ऐसे कमरा सा नहीं इतने कुछ भी नहीं सी सर पे ए जड़ी बावली है ए जड़ी जगह बढ़िया ही चूना सुरखी अच्छा जी मौजूद है कितनी डाढ़ी पकड़ है इसनी निशान नहीं छपड़े बाबा जी इतने कोई लिखत कोई नहीं सी कोई लिखिया लुखिया नहीं सी ओ उस ठगर दोबारा ही परेशान था कि आ तबाह कर ते ए ओपन ही सी जगह ए बंद नहीं सी ए ओपन जगह सी ते ए बावली तो हुन भी चलनी भी पानी पीने जोगा पानी जनाब इसने विच ए रस्ता बनया सा कमरा पूरा ए उठा जिया जड़ा ना छत सी बूटा जा तो बठाया फिर जनाब इतना जे गोल शकल चार चूकी शकल बाहू पानी सी बर्फ होनी सर्दियां तत्ता अपर किस तरह जी बाहू पानी कुदरत खुदा नहीं हूं इसकी जाए लाओ हाथ ये गर्म है ये गर्म है पानी हाँ बिलकुल बाहू है ना जी पानी जड़ा है सी गर्मियां ठंडा सर्दियां गर्म
ताज़ा कढ़ो इं पता लगसी कुछ आया हूँ इतू बुले पौड़ी बरूद हठ लाई दंगी किनो ना तुसें ये पता लगसी मूह तो जोर सोना आया बेचारा तू लाई दंगी किनो कि चादू रह गाली हाथ लाओ कुसा कोई नहीं ठंडा हुआ है इसकी कूड़ पी है इस सर्दी में चू अच्छा जी जी ये जनाब अर्ज ये है कि इन्हां दियां जिहड़ियां बकरियां भेड़ां ये गर्मी नहीं बर्दाश्त कर क्यों ये बर्फानी इलाके दे लोग हैं ना इन्हां दे कुत्ते बर्दाश्त करने ना इन्हां दियां बकरियां भेड़ां बर्दाश्त करनियां ये जिले सीजन है सी चैतरना एक कम अज कम 40-50 हज़ार नहीं इन्होंने जत बेचने कतर छोड़ने भाई गर्मी च इन्हों गर्मी ना लगे फिर इन्होंने कुत्ते जड़े वो भी गर्मी बर्दाश्त नहीं करने क्योंकि वह बर्फानी इलाके के कुत्ते होने हूँ देखा कितना वाडा अज अजड़ है अच्छा 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 ये की अस्तीना है के नाम उन्होंने जे तो सैदा ना है तो फिर वो बाजी साहब ने खानदान ही चू एक बीवी तो एक मर्द आने बाबा जी बाजी खानदान ही चू कोटली तू अगे करे इन्ना नहीं राय छे मैं हाँ थोड़ा अपना हूँ शाहिद शबीर बाबा जी और तुसी बिटर ट्रुथ्स ऑफ 1947 देख रहे सी और तुसी देख रहे हो रेडियो साडे वाला ऑल राइट्स आर रिजर्व बाय रेडियो साडे वाला एंड वेब टीवी साडे वाला अज तुहानू असी दिखाया गुरद्वारा दुख भजनी की जगह और उहदे नाल रिलेटिड जिहड़ी स्टोरीज ने कीप इन टच स्टे टू ट्यून रेडियो साडे वाला एंड वेब टीवी साडे वाला एंड शाहिद शबीर ऑफिशियल तुहानू थोड़ी देर बाद दोबारा हाजिर होंगे और तुहानू असी अगली अपडेट दिंदे हाँ कि यह साढ़े पिछे चलते हुए बकरवाल जिहड़े ने इन्हां दी लाइफ किस तरह है ये अपनी जिंदगी किस तरह गुजारते हैं और अपनी जिंदगी दे विच कश्मीर तो पंजाब तक का सफ़र कितनी बार करते हैं रब रखा